ਸਰਦਾਰ ਸਾਹਿਬ ਆਰਾਮ ਨਾਲ ਬੋਲੋ, ਹਾਂਜੀ ਤੁਸੀਂ ਆਰਾਮ ਨਾਲ ਬੋਲੋ, ਬਿਮਾਰੀਆਂ ਦਾ ਮਸਲਾ ਤੁਹਾਡਾ ਮਸਲਾ ਨੀ ਗਾ, ਆਰਾਮ ਨਾਲ ਬੋਲੋ, ਹਾਂਜੀ ਆਰਾਮ ਨਾਲ ਬੋਲ ਰਿਹਾ, ਕਹਿੰਦਾ ਬੋਲੋ, ਕਿੱਥੇ ਮੈਂ ਇੱਥੇ ਨੀ ਨਾ, ਤੇ ਇਕੱਲਾ ਹੀ ਰਹਿੰਦਾ, ਹਾਂ ਆ ਫਿਰ ਆ ਜਾ, ਮੈਂ ਮੂੰਹ ਚੱਕਿਆ ਭੈਣ ਦੋ ਪੁੱਲੇ ਸਾਹਿਬ ਕੀ ਕਹਿਣਾ ਚਾਹੁੰਦੇ।